ਸ਼ਾਮਾਂ ਦੀ ਕਿੰਨੇ ਮੰਨ ਕੇ ਗਿਆ ਹਾਂ ਬਾਈ ਕਿੰਨੇ ਮੰਨ ਕੇ ਗਿਆ ਮੰਨ ਗਿਆ ਹਾਂ ਤੇਰੇ ਕੋਲ ਟੋਟਲ ਮੈਨੂੰ ਰੁਪਈਆ ਹੁੰਦਾ 400 400 ਰੁਪਈਆ ਮੈਨੂੰ ਟੋਟਲ ਹੁੰਦਾ ਜਿਹਦੇ ਵਿੱਚੋਂ 100 ਰੁਪਈਆ ਮੈਂ ਉਹਦਾ ਦੇਣਾ 400 ਰੁਪਈਆ ਸਾਰਾ ਸਾਰਾ ਟੋਟਲ ਹੜਿਆ 800 ਸਾਰਾ 700 ਹੋ ਰਿਹਾ ਤਾਂ 400 ਤੈਨੂੰ ਆਉਂਦਾ ਬਾਈ ਨਾਲ ਮੈਂ ਪੈਸੇ ਵੀ ਦਿੱਤੇ ਨੇ ਕਿੰਨੇ ਦਿੱਤੇ ਹਨ ਮੈਨੂੰ ਇਹ ਨਹੀਂ ਪਤਾ ਕਿੰਨੇ ਸਾਰਾ ਤੈਨੂੰ ਇਹ ਨਹੀਂ ਪਤਾ ਕਿ ਮੈਂ ਤੇ ਤੈਨੂੰ ਇਹ ਪਤਾ ਹੈ ਮੈਂ ਤੇਰਾ 150 ਰੁਪਈਆ ਦੇਣਾ ਠੀਕ ਹੈ ਅੱਗੋਂ ਭਾਵੇਂ ਤੂੰ ਉਹਨੂੰ ਦੇ ਨਾ ਦੇ ਕਿਨੂੰ ਉਹਨੂੰ ਜਿਹਦੇ ਨਾਲ ਹੜੇ ਆ ਉਹਨੂੰ ਇੱਕ ਰੁਪਈਆ ਨਹੀਂ ਮਿਲਿਆ ਠੀਕ ਹੈ ਨਾ ਉਹਨੂੰ ਮੇਰਾ ਵੀਰ ਮੈਂ ਤੇਰੇ ਕੋ ਬਾਬਾ 300 400 ਰੁਪਈਆ ਲੈਣਾ 400 ਰੁਪਈਆ ਤੇਰੇ ਕੋ ਮੈਂ ਲੈਣਾ ਹੁਣ ਮੈਨੂੰ ਇੱਥੇ ਬੰਦੇ ਇਹ ਆਂਦੇ ਹਨ ਕਿ ਤੇਰੇ ਕੋ ਮੋਬਾਈਲ ਖੋਲਾ ਤੇ ਫੇਰ ਸਹੀ ਹੈ ਫੇਰ ਤੈਨੂੰ ਪੈਸੇ ਦੇ ਜਾਏਗਾ ਲੇਕਿਨ ਮੈਂ ਇਹੋ ਜਿਹੀ ਕਦੇ ਆਦਤ ਨਹੀਂ ਰੱਖੀ ਆ ਸਮਝਿਆ ਮੈਂ ਭੈਣੂ ਨਹੀਂ ਜਾਂਦਾ ਮੈਂ ਮੂਤਰ ਦਾ ਵੀ ਨਹੀਂ ਆ 200-400 ਤੇ ਮੈਂ ਜੇਬ 'ਚੋਂ ਖਵਾਉਣ ਵਾਲਾ ਬੰਦਾ ਸਮਝਿਆ ਮੈਨੂੰ ਇਸ ਗੱਲ ਦਾ ਮੈਂ ਇਸ ਚੀਜ਼ ਦੀ ਕਸਮ ਦਿੰਦਾ ਵਾਂ ਕਿ ਮੈਂ ਤੇਰੇ ਕੋਲ 400 ਰੁਪਈਆ ਲੈਣਾ ਜਿਹਦੇ ਵਿੱਚੋਂ 100 ਰੁਪਈਆ ਮੈਂ ਉਸ ਭੈਣ ਦੇ ਫੁੱਦੇ ਨੂੰ ਦੇਣਾ 300 ਰੁਪਈਆ ਮੇਰਾ ਜ਼ਾਤੀ ਮੇਰੀ ਜੇਬ 'ਚੋਂ ਗਿਆ ਹੈ ਤੂੰ ਮੈਨੂੰ ਗੱਲ ਮੇਰੀ ਸੁਣ ਲੈ 700 ਰੁਪਈਆ ਰਹਿਣਾ 150 ਰੁਪਈਆ ਤਾਂ ਮੈਨੂੰ ਨਗਦ ਦਿੱਤਾ ਸੀ 150 ਰੁਪਈਆ ਤਾਂ ਮੈਨੂੰ ਨਗਦ ਦਿੱਤਾ ਸੀ 100 ਰੁਪਈਆ ਸ਼ਰਤ ਲੱਗੀ ਤਰਾ ਮੈਚ ਅਸੀਂ ਹਾਰ ਗਏ ਹਾਂ ਲਗਾਤਾਰ ਸੁਣ ਹਣ ਮੇਰੀ ਮੈਨੂੰ ਸਾਰੀਆਂ ਯਾਦ ਨੇ ਤਰਾ ਮੈਚ ਅਸੀਂ ਲਗਾਤਾਰ ਹਾਰੇ ਹਾਂ ਇੰਜੀ ਹੈ ਚੌਥਾ ਮੈਚ ਸ਼ੁਰੂ ਹੋਇਆ ਜਦੋਂ ਨਾ ਕਿਹਾ ਤੁਸੀਂ ਪੈਸੇ ਜਮ੍ਹਾਂ ਕਰਾਓ ਇੰਜੀ ਆਖਿਆ ਸੀ ਉਹਨਾਂ ਹਾਂ ਬਾਬਾ ਤੇਰੇ ਕੋਲ ਪੈਸੇ ਹਨ ਤੂੰ ਹਰ ਉਡਾ ਦੀ ਲਾਓ ਮੈਂ ਦੇ ਦਿਆਂਗਾ ਉਹ 50 ਦਾ ਫੇਰ ਹਾਰ ਗਏ 50 ਤੇਰੇ ਖਾਤੇ ਪੈ ਗਏ ਮੈਂ ਬਾਬਾ 50 ਹੋ ਗਏ ਨਹੀਂ ਇੰਜੀ ਗੱਲ ਫਿਰ ਤੂੰ ਆਖਿਆ ਬਾਬਾ ਇੱਕ ਇੱਕ ਮੈਚ ਲਾਓ 100-100 ਦਾ ਮੈਂ ਚਲੋ ਜੀ 100-100 ਦਾ ਲੱਗ ਗਿਆ 100-100 ਦਾ ਮੈਚ ਲੱਗਿਆ ਉਹ ਵੀ ਅਸੀਂ 100 ਹਰੇ ਜਦੋਂ ਦੂਜਾ ਮੈਚ 150 ਰੁਪਈਏ ਦਾ ਲੱਗਾ ਸੀ ਨਾ ਜਦੋਂ ਮਾਨਿਆ ਤਾਂ ਮੈਂ ਪੈਸੇ ਹੁਣ ਲੈ ਕੇ ਮੈਚ ਤੇ ਫਿਰ ਅਗਲਾ ਮੈਚ ਫਿਰ ਸ਼ੁਰੂ ਕਰਨਾ ਨਹੀਂ ਕਾਕੇ ਵੱਡੇ ਨੂੰ ਕਰ ਲੈਂਦੇ ਹਾਂ ਫੋਨ ਤੂੰ ਵੀ ਚੁੱਪ ਕਰ ਜਾ ਮੈਂ ਵੀ ਚੁੱਪ ਕਰ ਜਾ ਸਾਨੂੰ ਕੋ ਗੱਲ ਕਰਵਾ ਲੈਂਦੇ ਹਾਂ ਫਿਰ ਤੈਨੂੰ ਯਕੀਨ ਆਈ ਹੈਗਾ ਹੁਣ ਆਉਂਦਾ ਨਾ 150 ਰੁਪਈਆ ਤੂੰ ਦਿੱਤਾ ਸੀ ਇਹੀ ਆਖਿਆ ਨਾ ਇਹਨੇ ਆਹੋ 150 ਮੈਂ ਮੰਨਣਾ ਵਾ ਮੈਂ ਕਦੋਂ ਮੂੰਹ ਕਰਨਾ 150 ਦਿੱਤਾ ਸੀ ਸਾਰਾ ਕਿੰਨੇ ਰਹੇ ਹਾਂ ਸਾਰਾ 700 ਰੁਪਏ 700 ਰਹੇ ਹਾਂ 700 ਰਹੇ 150 ਮੈਂ ਦਿੱਤਾ ਆਹੋ 150 ਮੈਂ ਹੁਣ ਤੈਨੂੰ ਦੇਣਾ ਹੋਰ 300 300 ਤੇਰੇ ਵੱਲ ਹੋ ਗਿਆ 600 ਤੇ ਮੈਂ ਤੈਨੂੰ ਹੋਰ 200 ਦੇ ਆਣਾ ਇਹ 400 ਵੀ ਕਾਹਦਾ ਮੰਗਦਾ ਪਿਆ ਸਾਰਾ ਹਰੇ ਜੀ ਅੱਧਾ ਕਰਨਾ ਨਹੀਂ ਨਾ ਕਿੰਨੇ ਪੈਸੇ ਬਣਦੇ ਨੇ 200 ਤੇ 200 ਜਿੰਦਗੀ ਚ ਤੈਨੂੰ ਕੰਮ ਨਹੀਂ ਆ ਜਾ 200 ਰੁਪਈਆ ਲਿਆ ਕੇ ਲੈ ਆਈਏ ਹੋ ਗਿਆ ਫਟਾਫਟ।